नमस्कार बाबा जी, नमस्कार, सत श्री अकाल, शिव शंभू, शिव शंभू। और बाबा जी ठीक ठाक? बढ़िया बापे, वेरी गुड। तुसी दसो बाबा, बहुत दुखी हां मैं तो। की दुख आ गया तेनू? ओह बाबा, दुख तो मेनू नहीं आया, ओ बात सुने आ ना, मेरे साले के मुंडे है मेरे सौरिया ते। अच्छा हां, ते ਯਾਰ ਤਿੰਨ ਭਾਈ ਤੇ ਭਾਈ ਇਹਨਾਂ ਦਾ ਪਿਓ ਤੋਂ ਖਾਸਾ ਟਾਈਮ ਪਹਿਲਾਂ ਮੁੱਕ ਗਿਆ ਤਾ ਬਾਬਾ। ਓਹੋ ਯਾਰ ਭਾਈ, ਤਿੰਨ ਭਾਈ ਤੇ ਆ ਤੇ ਦੋਏ ਵਿਆਹੇ ਹੋਏ ਆ। ਹਾਂ, ਇੱਕ ਇਹਨਾਂ ਦਾ ਵੱਡਾ ਭਾਈ ਦਾ ਬਾਬਾ ਛੜਾ ਦਾ, ਉਹ ਉਸਨੇ ਵਿਆਹ ਨਹੀਂ ਕਰਾਇਆ ਤਾ ਦਰਨਾਟ। ਅੱਛਾ, ਉਹ ਬਾਬਾ ਤੋਂ ਨਿਊ ਲਾ ਲਿਆ, ਇਹਨਾਂ ਨਾਲ ਜਵਾਕਾਂ ਨਾਲ ਕਲੇਸ਼ ਕਲੂਸ ਕਰ ਲਿਆ, ਉਹ ਤੋਂ ਐ ਲਾ ਲੇ ਖੇਤ ਵਗ ਗਿਆ, ਮੰਨਿਆ ਨੀ ਘਰਾਂ ਤੋਂ, ਆਈ ਨੀ ਕਿਹਾ ਮੈਂ ਤੋ ਖੇਤ ਤੇ ਰਹੂੰਗਾ। ਕਿਉਂ? ਓਹੀ ਤੈਨੂੰ ਪਤਾ ਫਿਰ ਬਾਬਾ, ਕੱਠੇ ਮਨੇ ਡਗਾ ਖਾਸਾ ਪੱਕਾ ਦਾ ਉਹ ਜੱਟ ਬੁੱਧੀ, ਜੱਟ ਬੁੱਧੀ ਓਏ ਤੈਨੂੰ ਪਤਾ। ਸ਼ਿਵ ਸ਼ੰਭੂ ਬਾਬਾ, ਮੂੰਹ ਤੇ ਨਿਕਲ ਜਾ ਨਿਊ ਨਗਰ ਅਗਰ ਤੋਂ। ਉਹ ਭਾਈ, ਇਹਨੂੰ ਬਾਹਰ ਮਤਾ ਮਤੂ ਕੇ ਲਿਆਉਣਾ ਸੀ, ਇੱਥੇ ਸਾੜੂਗਾ ਇਹ। ਉਹ ਬਾਬਾ ਪਹਿਲੀ ਡਰੇ ਹੋਇਆ, ਮੈਂ ਤਾਂ ਮਾਰਾ ਹਾਲ ਪੁੱਛ ਤਾਂ ਮਾਰੇ ਦਿਲ ਪੈ ਦੇਖ ਕੇ ਬੀਤਰੀ ਆ। ਉਹ ਦਿਲ ਨੂੰ ਮੈਂ ਦਿਲ ਦਾ ਡਾਕਟਰ ਹਾਂ, ਤੂੰ ਗੱਲ ਦੱਸ ਸਾਰੀ ਕੀ ਆ। ਉਦੋਂ ਬਾਬਾ ਖੇਤ ਉਸਨੇ ਝੁੰਬੀ ਪਾ ਲਈ ਬਾਈ, ਝੁੰਬੀ ਪਾ ਲਈ, ਰਾਤ ਨੂੰ ਬੀੜੀ ਬੁੜੀ ਪੀਏ ਦਾ ਕਿਤੇ ਸਿਫਟ ਸੁਫਟ ਲਾਉਂਦਾ ਹੋਣਾ, ਕੋਈ ਉਸਕੇ ਯਾਰ ਮਿੱਤਰ ਆਏ ਹੋਣਾ। ਬਾਬਾ ਉਸ ਤੋਂ ਟੱਬਰ ਨੇ ਤੜਕੇ ਦੇਖਿਆ, ਪਿੱਛੇ ਨੱਚ ਗਿਆ ਬਾਈ, ਦੂਈ ਗਿਆ, ਹੱਡੀਆਂ ਹੱਡੀਆਂ ਰਹਿ ਗਈਆਂ, ਹੱਡੀਆਂ ਹੱਡੀਆਂ ਰਹਿ ਗਈਆਂ ਬਾਬਾ, ਕੁਛ ਨਾ। ਚੁੱਕ ਕੇ ਅਸੀਂ ਨੇ ਭੋਗ ਪਾਤਾ, ਹੁਣ ਜਦੋਂ ਖੇਤ ਜਾਂਦੇ ਸਾਹਮਣੇ ਬੈਠਿਆ ਹੁੰਦਾ, ਮਗਰ ਪੈਂਦਾ, ਗਤੀ ਨੀ ਹੋਈ ਬਾਈ ਉਹਦੀ। ਬਾਬਾ ਮੈਨੂੰ ਤਾਂ ਪੇਗ ਪੂਗ ਵੀ ਲਾ ਲੈਂਦਾ ਕਿ ਉਹ ਵੀ ਕਿਆ ਕਰਾਂ। ਫੱਫੜਾ ਸ਼ਿਵ ਸ਼ੰਭ ਸਾਂਭਲਾ ਬਜਾ। ਅੱਛਾ, ਪੈਗ ਦਾ ਯਾਰ ਸੀ ਤੇਰਾ ਫਿਰ ਉਹ? ਨਾ ਬਾਬਾ, ਪਿਆਰ ਤੋਂ ਵੀ ਤਾਂ ਪਿਆਰ, ਓਏ ਉਹ ਤਾਂ ਪੈਗ ਵਾਲਾ। ਬਸ ਫਿਰ ਸਮਝ ਲਾ, ਤੇਰੀ ਤਾਂ ਤਿਆਰੀ ਆ, ਲੈ ਕੇ ਜਾਓ। ਹਾਂ ਜੀ, ਕੋਈ ਪਾ ਕਰੋ ਜੀ, ਆਈ ਨਾ ਕਰੋ ਜੀ, ਜਵਾਕਾਂ ਖੇਤ ਵੇਤ ਜਾਣਾ ਤੋਂ ਜਵਾਕਾਂ ਹੱਲ ਕਰਦੇ ਬਾਬਾ। ਹੱਲ ਤਾਂ ਮੈਂ ਕਰ ਦੂ, ਐਨ ਪੂਰਾ ਢੱਕਣ ਲਾ ਕੇ ਕਰਦੇ ਬਾਬਾ। ਫਿਰ ਹੋਰ ਕੀ ਚਾਹੀਏ ਆਪਾਂ ਨੂੰ, ਬਸ ਆਪਣੇ ਜਵਾਕ ਸੁਖੀ ਬਸਾ, ਇੰਨਾ ਕੇ ਪਿਓ ਨਾਲ ਮੇਰਾ ਵਾਅਦਾ ਤਾ ਵੀ ਤਰਾ ਜਵਾਕਾਂ ਨੂੰ ਕੁਛ ਨਹੀਂ ਹੋਣ ਦਿੰਦਾ। ਦੇਖ ਭਾਈ, ਹੱਲ ਵੀ ਪੱਕਾ ਆਪਣੇ ਕੋਲੇ, ਐਨ ਤੁਹਾਨੂੰ ਕਾਬੂ ਕਰਕੇ ਦਊ ਜਿਹੜਾ ਤੁਹਾਡਾ ਬੰਦਾ। ਲੈ ਵੀ ਹੈ। ਹਾਂ ਬਾਬਾ ਠੀਕ ਹੈ, ਤੁਸੀਂ ਇੱਕ ਬੋਤਲ ਲੈ ਆਓ। ਕਾਹਦੇ ਵਾਸਤੇ ਬਾਬਾ ਜੀ? ਬਾਬਾ ਦਾਰੂ ਪੀਏ। ਓਏ ਯਾਰ, ਮੈਂ ਕਿੱਥੇ ਪੀਂਦਾ, ਮੈਂ ਪੀਂਦਾ ਨਹੀਂ, ਖਾਲੀ ਬੋਤਲ ਲੈ ਆਓ। ਆਪਾਂ ਉਹਨੂੰ ਕਾਬੂ ਕਰਕੇ ਬੋਤਲ ਚ ਪਾ ਕੇ ਐਂ ਢੱਕਣ ਲਾ ਕੇ ਨਾ ਕੱਸ ਕੇ ਚੰਗੀ ਤਰ੍ਹਾਂ ਚੂੜੀਆਂ, ਮੈਂ ਤੁਹਾਨੂੰ ਫੜਾ ਦੂ ਭਾਈ, ਆਪਦਾ ਟਾਂਡ ਤੇ ਰੱਖ ਲਾ ਜੀ। ਨਾ ਅਸੀਂ ਨੀ ਲਿਆਂਦੇ ਜੀ। ਨਾ ਜੀ ਬਾਬਾ, ਮੇਰੀ ਬਾਤ ਸੁਣ ਦੋ, ਆ ਮੈਂ ਤੋ ਖੇਤ ਮੈਂ ਮਰ ਤੋ ਲੈ ਜਾਦਾ, ਹਾਂ ਤੇਰੀ ਸੇਵਾ ਕਰ ਦਾਂਗੇ ਪੂਰੀ ਬਾਈ ਬਣ ਕੇ ਉਸ ਨੂੰ। ਬਾਬਾ ਜੀ, ਓਏ ਮੇਰੇ ਕੋਲੇ ਇੱਥੇ ਗਾਹਕ ਤੇ ਗਾਹਕ ਚੜੇ ਰਹਿੰਦਾ ਹੈਗਾ ਭਾਈ, ਭਗਤ ਆਉਂਦੇ ਨੇ, ਜੇ ਭਲਾ ਨਿਕਲ ਕੇ ਕਿਸੇ ਨੂੰ ਚਿੰਬੜ ਗਿਆ ਮੈਂ ਕੀ ਕਰ ਲੂੰਗਾ? ਤਾਂ ਦੁਬਾਰੇ ਵੀ ਕਾਬੂ ਕਰ ਲਓਗੇ ਜੀ, ਸਾਥੋਂ ਫੇਰ ਨਹੀਂ ਹੋਣਾ। ਦੇਖ ਮੇਰੀ ਗੱਲ ਸੁਣੋ ਭਾਈ, ਪਹਿਲਾਂ ਤਾਂ ਉਹਨੂੰ ਕਾਬੂ ਕਰਨ ਦਾ ਲੱਗੂ 21,000 ਰੁਪਇਆ। 21? ਹਾਂ, ਨਹੀਂ ਤਾਂ ਬਾਬਾ ਜੀਰੀ ਵਾਲਿਆਂ ਦੀ ਲਵਾਈ ਵੀ ਨਹੀਂ ਬਣੀ ਸਾਡੇ। ਤੂੰ ਮੈਨੂੰ ਐਂ ਦੱਸ, ਜੇ ਪਤੰਦਰ ਨੇ ਉਹਨੂੰ ਤੁਹਾਨੂੰ ਖੇਤ 'ਚ ਨਾ ਫਟਕਣ ਦਿੱਤਾ, ਫੇਰ ਕਿੰਨੇ ਦਾ ਨੁਕਸਾਨ ਹੋਊਗਾ? ਬਾਬਾ ਮੇਰੀ ਗੱਲ ਸੁਣੋ, ਬਾਬਾ ਮੇਰੀ ਬਾਤ ਸੁਣੋ, ਸੇਵਾ ਤਰੀ ਕਰਾਂਗੇ ਮੈਂ, ਹੈ ਨਾ, ਇਹ ਆ ਵੀ ਜਵਾਕ ਥੋੜ੍ਹੇ ਘਰੋਂ ਠੀਕ ਹੀ ਹੈ। ਮੇਰੀ ਬਾਤ ਸੁਣ ਬਾਬਾ, ਪਿਓ ਬਾਹਰੇ ਆਏ ਆ, ਹੈਂ ਬਾਪ ਨਹੀਂ ਹੈਗਾ, ਪਿਓ ਬਾਹਰੇ ਆ, ਮਾੜਾ ਜਦੋਂ ਬਾਬਾ ਤੋਂ ਘਰ ਰਿਹਾ ਤਾਂ ਨਿਊ ਨਾ ਕਰ ਬਾਬਾ ਬਣ ਕੇ। ਉਹ ਮੇਰੀ ਫੀਸ ਥੋੜ੍ਹੀ ਹੈ ਇਹ। ਹਾਂ ਬਾਬਾ ਜੀ, ਉਹ ਤਾਂ ਜਿਹੜੇ ਮੈਂ ਹੋਰ ਗਾਹਾਂ ਉਹਦੇ ਨਾਲ ਦੇ ਹੋਰ ਲਿਆਉਂਗਾ, ਜਿੰਨੇ ਦਿਨ ਔਰ ਉਹਨਾਂ ਦੀ ਫੀਸ ਹੁੰਦੀ ਹੈ। ਉਹ ਬਾਬਾ ਉਹਨਾਂ ਤੋਂ ਕੀ ਕਰਾਉਣਾ, ਫਿਰਦੇ ਰਹਿਣਦੇ ਤਾਂ ਉਸ ਨੂੰ ਵੜ ਲੈ ਇਕੱਲੇ ਨੂੰ ਬਾਈ ਬਣ ਕੇ। ਉਹ ਦੇਖੋ, ਜਿਵੇਂ ਭਾਈ ਇੱਕ ਪਹਿਲਵਾਨ ਨੂੰ ਦੂਜਾ ਪਹਿਲਵਾਨ ਕਾਬੂ ਕਰਦਾ ਹੁੰਦਾ ਹੈ ਨਾ, ਸਾਡੇ ਵਾਸਤੇ ਤਾਂ ਇਹ ਪਹਿਲਵਾਨ ਨੇ, ਸਾਨੂੰ ਲਿਆਉਣੇ ਪੈਂਦੇ ਨੇ, ਆ ਕਿਧਰੋਂ ਭੈਰੋਂ ਫੜਨਾ ਪੈਂਦਾ, ਕਿਧਰੋਂ ਕੋਈ ਕਿਧਰੋਂ ਕੋਈ। ਬਾਬਾ ਬਣ ਕੇ ਤੂੰ ਨਿਊ ਨਾ ਕਰ ਦੇਖਾ, ਜਵਾਕ ਗਰੀਬ ਆ, 11 ਮਾਹ ਕਰ ਲੈ ਬਾਬਾ, ਸੁਧਾ ਨਿਊ ਨਾ ਕਰ ਦੇਖ ਬਾਬਾ, ਬਹੁਤ ਸੋਭਾ ਸੁਣੀਆ ਬਾਬਾ ਤੇਰੀ। ਫਿਰ ਦੇਖ ਇੱਕ ਗੱਲ ਹੋਰ ਆ ਭਾਈ,
ਚੱਲ 11,000 ਠੀਕ ਹੈ ਠੀਕ ਹੈ ਬਾਬਾ ਜੇ ਤੂੰ ਸੀ ਉਹਨੂੰ ਇੱਥੇ ਰੱਖਣਾ ਬੋਤਲ ਚ ਪਾ ਕੇ ਭਾਈ ਫੇਰ 5,500 ਰੁਪਇਆ ਮਹੀਨੇ ਦਾ ਉਹਦਾ ਖਰਚਾ ਆਇਆ ਕਰੂ ਮੈਨੂੰ ਉਹ ਖਾਣਾ ਪਾਣੀ ਸਾਰਾ ਮੈਨੂੰ ਦੇਣਾ ਪਊਗਾ ਬਾਬਾ ਹਾਂ 11,000 ਮੈਂ ਫੜੇਗਾ 51,000 ਮੈਂ ਮਹੀਨੇ ਮੇ ਰੱਖੇਗਾ ਓਏ 51,000 ਨਹੀਂ ਯਾਰ 5,500 ਮੈਂ ਹਾਂ ਕਾਬੂ ਕਰ ਲਾਂਗੇ ਹੁਣ ਜਦੋਂ ਤੁਸੀਂ ਕਾਬੂ ਕਰਾਉਣਾ ਹੋਇਆ ਆਪਦਾ ਸਮੱਗਰੀ ਲੈ ਆਓ ਬੋਤਲ ਲਿਆਓ ਪੈਸੇ ਲਿਆਓ ਆਪਾਂ ਮੰਤਰ ਪੜ੍ਹਨੇ ਸ਼ੁਰੂ ਕਰ ਦਾਂਗੇ ਬਾਬਾ ਕਿਹੜੀ ਤੂੰ ਚੱਲ ਸਾਡੇ ਨਾਲ ਤੈਨੂੰ ਸਮੱਗਰੀ ਸਮੱਗਰੀ ਦਵਾ ਮੇਰੀ ਬਾਤ ਸੁਣ ਲੈ ਤੈਨੂੰ ਸਭ ਕੁਝ ਮਿਲੇਗਾ ਇੱਕ ਬਾਤ ਕਾ ਧਿਆਨ ਰੱਖੀ ਬਾਬਾ ਬਣ ਕੇ ਪਹਿਲੀ ਗਵਾਂ ਮੈਂ ਨਾ ਆਪਦੀ ਜਾਨ ਕਾ ਆਪ ਜ਼ਿੰਮੇਵਾਰ ਹੈ ਬਾਬਾ ਆਪ ਜ਼ਿੰਮੇਵਾਰ ਹੈ ਬਾਬਾ ਤੋਂ ਆਪਗੀ ਦੋਤੀਆਂ ਦੋ ਚਾਹੇ ਤਿੰਨ ਪਾਲੀ ਬਾਬਾ ਛੱਡਦਾ ਨੀ ਉਹ ਕਿਸੇ ਨੂੰ ਬਾਬਾ ਪੰਜਾਹ ਪੰਜਾਹ ਕੇ ਕੁੱਟਾ ਕਿੱਥੋਂ ਵਿਗਾੜ ਲੂ ਕੁਸ ਮੈਂ ਵੀ ਲੁੱਚਾਂ ਦਾ ਪੀਣਾ ਚਲੋ ਜੀ ਫਿਰ ਸਾਡੇ ਨਾਲ ਹੀ ਚਲੋ ਚਲੋ ਬਾਬਾ ਜੀ ਕੀ ਮੈਂ ਤਾਂ ਭਾਈ ਤੁਹਾਨੂੰ ਸਮਾਨ ਦੱਸਤਾ ਇਹ ਲੈ ਆਓ ਇੱਥੇ ਕਰਾਂਗੇ ਭਗਤੀ ਆਪਾਂ ਦੋਤੀ ਦੋਤੀ ਜੱਚ ਕੇ ਬਾਲੀ ਮੇਰੀ ਚਿੰਤਾ ਨਾ ਕਰ ਇਹਨੂੰ ਮਤਾ ਮਤੂ ਲਿਓ ਪਹਿਲਾਂ ਉੱਥੇ ਚੰਗੀ ਤਰ੍ਹਾਂ ਤੁਸੀਂ ਵੀ ਆਜੋ ਬਾਬਾ ਤੁਸੀਂ ਚੱਲ ਚੱਲ 2 ਮਿੰਟ ਰੋਕ ਲਿਆ ਕਰ ਇਹਨੂੰ ਸ਼ਿਵ ਸ਼ੰਭੂ ਬਾਬਾ ਜੀ ਹਾਂ ਉਹ ਬੰਦੇ ਗਣੀ ਨੂੰ ਭੱਜ ਕੇ ਡਿੱਗਦਾ ਉਹ ਭੱਜ ਕੇ ਡਿੱਗਦਾ ਤੂੰ ਵੇਖਦਾ ਜਾਈ ਜਦੋਂ ਮੈਂ ਮੰਤਰ ਲਾਤਾ ਨਾ ਉਹ ਤਾਂ ਡਿੰਗ ਨਹੀਂ ਪੱਟ ਸਕਣਾ ਬਾਬਾ ਉਹ ਤਾਂ ਸਿੱਧੇ ਹੀ ਕਰ ਲੂੰਗਾ ਬਾਬਾ ਬਾਬਾ ਓਏ ਬਾਬਾ ਕਿੱਥੇ ਆ ਗਿਆ ਬਾਬਾ ਕਿੱਥੇ ਰਹਿ ਗਿਆ ਫੜੋ ਬਾਬਾ ਬਾਬਾ ਤੈਨੂੰ ਕਿਹਾ ਨੀ ਤੀ ਬੰਦੇ ਗਣੀ ਆਂਦਾ ਮੈਨੂੰ ਐ ਲੱਗਦਾ ਸੋਨੂੰ ਬਿਮਾਰੀਆਂ ਹੀ ਆਹੀ ਚਿੰਬੜੀਆਂ ਹੋਈਆਂ ਨੇ ਉਹ ਨਹੀਂ ਬਾਬਾ ਉਹ ਆਂਦਾ ਬੰਦੇ ਗਣੀ ਐ ਤੂੰ ਮੈਨੂੰ ਐ ਦੱਸ ਕਿੱਥੇ ਆ ਗਿਆ ਸੋਡਾ ਪਤੰਦਰ ਤੈਨੂੰ ਹੋਇਆ ਕੀ ਆ ਦੱਸਤਾ ਦੇ ਗੁਸਾ ਮੇਰੇ ਪੈਰਾਂ 'ਚ ਕਿਹੜਾ ਆਦੀ ਓਏ ਬਾਬਾ ਓਏ ਆ ਬਾਬਾ ਲੰਘ ਐ ਦੱਸੋ ਕਿ ਚੱਲੋ ਆਪੇ ਡਿੱਗਦਾ ਇਹ ਪਿੱਛੇ ਰਹਿ ਪਿੱਛੇ ਰਹਿ ਤੂੰ ਕਿਹਦੇ ਕੋਲ ਆ ਬਾਬਾ ਬੋਤਲ ਤੋਂ ਲੈ ਫੜਾ ਉਰੇ ਪਰਨਾਟ ਢੱਕਣ ਖੋਲੂ ਬਾਬਾ ਉਹ ਬੋਲ ਨਾ ਮਾਰ ਮਰਵਾਵੇਂਗਾ ਪਿੱਛੇ ਰਹਿ ਜਾ ਯਾਰ ਤੁਸੀਂ ਮੇਰੀ ਮਦਦ ਕਰੋਗੇ ਫੁੱਫੜਾ ਨਿਗਾ ਰੱਖੀ ਓਏ ਬਾਬਾ ਬਾਬਾ ਆਓ ਕੋਠੇ ਮੈਂ ਰਵਾ ਬਾਬਾ ਆਓ ਦੇਖ ਲੈ ਬਲਮ ਚੱਲਣ ਲੈ ਬਲਮ ਤਾਂ ਘਰਾਂ ਚ ਵੀ ਚੱਲਦੇ ਹੁੰਦੇ ਨੇ ਉਰੇ ਕੋਈ ਹੋਰ ਆਉਂਦੀ ਨੀ ਬਾਬਾ ਲਾਤਾ ਕਿਹਨੇ ਫਿਰ ਉਹ ਤੋਂ ਬਿਨਾਂ ਉਹ ਗਾਹਾਂ ਸਾ ਲੈਣ ਮੈਨਾਂ ਗਾਹ ਲੱਗਿਆ ਹੋਇਆ ਉਹ ਰਹਿੰਦੀ ਉਰੇ ਆ ਜਦੋਂ ਹੋਰ ਕੋਈ ਆਉਂਦੀ ਨਹੀਂ ਉਹ ਤੋਂ ਡਰਦਾ ਕਿਉਂ ਲੜਦੇ ਹੋ ਬਾਬਾ ਚਲੋ ਆਓ ਮੇਰੇ ਬਾਬੇ ਨੂੰ ਅੱਗੇ ਜਾਂਦੇ ਆ ਤੁਸੀਂ ਪਿੱਛੇ ਰਹੋ ਸਿਕੰਦਰਾ ਕਿਹੜੇ ਨੇ ਓਏ ਐਨਾ ਰੌਲਾ ਕੰਜਰ ਦੇ ਹੱਗਣ ਵੀ ਨਹੀਂ ਦਿੰਦੇ ਮੈਨੂੰ ਲੱਗਦਾ ਤੁਸੀਂ ਡਰਪੋਕ ਲਾਣਾ ਵੱਧਾ ਗਾ ਇਕੱਠਾ ਫਾਇਆ ਯਾਰ ਤੂੰ ਪਿੱਛੇ ਰਹਿ ਗਿਆ ਤਾਂ ਯਾਰ ਓ ਓ ਭਾਈ ਤਾਂ ਰੁਪੇ ਓ ਪਿੱਛੇ ਹੋ ਜਾ ਮਾੜਾ ਜਾ ਡਰਿਆ ਨਾ ਕਰੋ ਓਏ 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 ਓ ਬਾਬਾ ਬਾਦਰੇ ਤੋਂ ਬਾਦਰੇ ਤੋਂ ਆ ਜਾ ਵੀ ਭਰਤਾ ਸ਼ਿਵ ਸ਼ੰਭੂ ਆ ਜਾ ਆ ਜਾ ਤੈਨੂੰ ਕੋਈ ਘੂਰਦਾ ਨਹੀਂ ਕੋਈ ਮਾਰਦਾ ਨਹੀਂ ਆ ਬੋਤਲ 'ਚ ਪਾਵਾਂਗੇ ਆ ਜਾ ਸ਼ਿਵ ਸ਼ੰਭੂ ਆ ਜਾ ਜੈ ਸ਼ੰਭੂ ਆ ਜਾ ਜੈ ਸ਼ਿਵ ਸ਼ੰਭੂ ਆ ਜਾ ਬੱਚੂ ਆ ਬੋਤਲ 'ਚ ਵੜ ਜਾ ਬੋਤਲ 'ਚ ਰੁਕ ਜਾ ਇੱਥੇ ਫਿਰ ਰੁਕ ਜੈ ਸ਼ਿਵ ਸ਼ੰਭੂ ਆ ਗਏ ਨਾ ਅਗਲੇ ਪਿਛਲੇ ਯਾਦ ਜੈ ਸ਼ਿਵ ਸ਼ੰਭੂ ਜੈ ਸ਼ਿਵ ਸ਼ੰਭੂ
ਲੈ ਲੈ ਭਰ ਜਾ ਹੁਣ ਬੋਤਲ ਚ ਇਹ ਤੇਰੇ ਵਾਸਤੇ ਆ ਤੇਰਾ ਮਹਿਲ ਭਰ ਜਾ ਬੋਤਲ ਚ ਜਾਏ ਸ਼ੰਭੂ ਜਾਏ ਸ਼ੰਭੂ ਤੈਨੂੰ ਘੂਰਦਾ ਨੀ ਮਾਰਦਾ ਨੀ ਓਏ ਉਧਰ ਕੀ ਵੇਖਦਾ ਐ ਚ ਸ਼ਿਵ ਸ਼ੰਭੂ ਸ਼ਿਵ ਸ਼ੰਭੂ ਤੰਬੂ ਦੇ ਬਾਪ ਮੈਨੂੰ ਐ ਦੱਸ ਦੇ ਵੀ ਤੁਸੀਂ ਕਰਦੇ ਕੀ ਫਿਰਦੇ ਹੋ ਨਾਲੇ ਮੇਰੇ ਤੋਂ ਡਰਦੇ ਕਾਹਤੋਂ ਭੱਜ ਜਾਂਦੇ ਹੋ ਕਿਉਂ ਉਹ ਸ਼ਿਵ ਸ਼ੰਭੂ 12 ਸਾਲ ਦੇ ਤੰਬੂ ਐ ਚ ਵੜ ਜਾ ਮੈਂ ਜਿਹੜੀ ਗੱਲ ਪੁੱਛੀ ਹੈ ਨਾ ਮੈਨੂੰ ਉਹ ਦੱਸ ਦੇ ਵੀ ਮੇਰੇ ਤੋਂ ਡਰਦੇ ਕੌਣ ਨੇ ਲੋਕ ਸ਼ਿਵ ਸ਼ੰਭੂ ਕੀ ਗੱਲ ਹੈ ਕੌਣ ਹੈ ਆ ਗਿਆ ਕਾਬੂ ਦੇਖ ਤੈਨੂੰ ਬੋਤਲ ਚ ਪਾਉਂਗਾ ਫਿਰ ਉਸ ਤੋਂ ਢੱਕਣ ਲਾਉਂਗਾ ਮੈਂ ਬੋਤਲ ਚ ਮੂਤਦਾ ਵੀ ਨੀ ਤੂੰ ਮੈਨੂੰ ਪਾਉਣ ਦੀ ਗੱਲ ਕਰਦਾ ਬੰਦਾ ਮੈਂ ਇਨਸਾਨ ਆ ਬੋਤਲ ਚ ਕਿਵੇਂ ਪਾਉਂਗਾ ਮੈਂ ਸ਼ਿਵ ਸ਼ੰਭੂ ਮੈਂ ਤੈਨੂੰ ਲਾਸਟ ਵਾਰੀ ਪੁੱਛ ਰਿਹਾ ਵੀ ਚੱਕਰ ਕੀ ਹੈ ਮੈਂ ਕਹਿੰਦਾ ਤੂੰ ਬੋਤਲ ਚ ਪੈ ਜਾ ਮੈਂ ਤੈਨੂੰ ਕਹਿੰਦਾ ਮੈਂ ਕਦਾ ਪੁੱਛੀ ਇਹਨਾਂ ਵੀ ਲੱਛਣ ਕੀ ਕਰਦੇ ਹੋ ਤੁਸੀਂ ਲੱਛਣ ਕੀ ਕਰਦੇ ਹੋ ਯਾਰ ਹਾਏ ਰੱਬਾ ਇਹ ਹੋ ਕੀ ਰਿਹਾ ਯਾਰ ਜਿਹੜਾ ਆਉਂਦਾ ਮੇਰਾ ਸਾਲਾ ਦੇਖ ਕੇ ਡਿੱਗ ਜਾਂਦਾ ਇਹ ਵੀ ਮਰ ਗਿਆ ਓਏ ਇਹਦਾ ਤਾਂ ਮੈਨੂੰ ਲੱਗਦਾ ਹੋ ਗਿਆ ਘੋਗਾ ਚੇਤਾ ਲੱਗ ਗਿਆ ਸੇਵਾ 'ਚ ਟਾਈਮ ਪੀਸ ਭੱਜ ਲਾ ਕੀ ਮੰਗਦਾ ਬਾਬਾ ਓ ਬਾਬਾ ਲੱਗਦਾ ਦੇ ਤੇ ਬਦਾਮ ਇਹਨੂੰ ਬਾਈ ਹੁਣ ਕੁੱਤੇ ਖਾ ਜਾਣਗੇ ਉਰੇ ਪੈ ਨੂੰ ਓ ਫੁੱਫੜਾ ਓ ਪੱਲੇ ਓਏ ਆ ਜਾ ਤਾ ਵਾਗਿਆ ਓਏ ਆ ਜਾ ਆ ਚੋਪੜ ਦਾ ਬਾਬਾ ਓਏ ਆ ਜਾ ਓ ਚੱਕ ਲੋ ਇਹਨੂੰ ਬਾਈ ਓਏ ਚੱਕ ਲੋ ਤੂੰ ਆਵਰਾ ਓਏ ਕਿਣਾ ਇੱਧਰ ਤਾਂ ਲੱਗ ਜਾ ਤੁਰਿਆ ਨਹੀਂ ਆਣਾ ਦਰਦ ਕਿੰਦਰ ਮੂਰ ਚੱਕ ਲੋ ਤੈਨੂੰ ਮੇਰੀ ਖੰਗ ਨੀ ਸੁਣਦੀ ਲੈ ਦੇਖ ਲਾ ਹਜੇ ਇੱਥੇ ਪਿਆ ਗਾ ਚੌੜਾ ਹੋ ਕੇ ਨਾ ਮਾੜਾ ਮੋਟਾ ਦੁਕਾਨ ਤੇ ਵਗ ਜਾ ਲੱਗ ਜਾ ਤਨ ਪੱਤਨ ਮੈਂ ਤੈਨੂੰ ਦੱਸਦਾ ਅੱਜ ਮੰਗਲਵਾਰ ਆ ਤਾਂ ਨੀ ਗਿਆ ਤੇਰਾ ਕੁਛ ਲੱਗਦਾ ਬੁੱਧਵਾਰ ਹੈ ਬਣਿਆ ਮੰਗਲਵਾਰ ਦਾ ਪਤਾ ਨਹੀਂ ਕਿੱਥੇ ਖੁੱਬਿਆ ਰਹਿੰਦਾ ਗਾ ਤੂੰ ਮੇਰੀ ਗੱਲ ਨਹੀਂ ਸੁਣਦੀ ਹੈਗੀ ਪਤਾ ਕੀ ਆ ਨਾ ਹੁਣ ਹੋ ਗਿਆ ਫੈਸ਼ਨ ਦਾ ਜ਼ਮਾਨਾ ਵੱਡੇ ਵੱਡੇ ਸ਼ੀਸ਼ੇ ਲਾ ਰੱਖੇ ਨੇ ਮੁੰਡਿਆਂ ਨੇ ਵਧੀਆ ਵਧੀਆ ਮੇਰੇ ਕੋਲ ਚਾਰ ਕੈਂਚੀਆਂ ਨੇ ਕਿਹੜਾ ਆਉਂਦਾ ਗਾ ਬੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਤਾਂ ਕਿਹੜਾ ਕਰਦੇ ਉਹਨਾਂ ਦਾ ਕੰਮ ਤਾਂ ਉਹੀ ਬੋਲੀ ਜਾਂਦਾ ਬੈਠਾ ਜੇ ਨਹੀਂ ਦੁਕਾਨ ਤੇ ਜਾਣਾ ਕੱਖ ਲਿਆ ਕੱਖ ਆਹੋ ਨਾ ਅੱਗੇ ਮਾਲ ਲੈ ਕੇ ਆਉਣਾ ਤੂੰ ਹੀ ਨਹੀਂ ਆਉਂਦੀ ਸੀ ਭੱਜੀ ਮੈਂ ਕਦੋਂ ਕਿਹਾ ਕੱਖ ਲੈਣਾ ਬੇ ਅੱਜ ਮੇਰੀ ਜਿਹੜੀ ਨਾ ਸਿਹਤ ਡਾਊਨ ਹੈਗੀ ਤੂੰ ਵਗ ਜਾ ਮਾੜਾ ਜਾ ਚਲੋ ਵਗ ਜੂੰਗਾ ਨਾਲ ਬਾਪੂ ਦਾ ਨਹੀਂ ਪਤਾ ਲੱਗਦਾ
ਕਿੱਥੇ ਗਿਆ ਹੋਇਆ ਉਹ ਹਾਂ ਸੱਚ ਲੈ ਆ ਬਾਪੂ ਨੂੰ 15 20 ਦਿਨ ਹੋ ਗਏ ਅੱਗੇ ਤੇ ਚੱਲ ਕੁੜੀ ਕੋਲੇ ਜਾਂਦਾ ਸੀ ਆ ਜਾਂਦਾ ਸੀ ਪੰਜਾਂ ਦੇ ਨਾਮਾਂ ਕਰੋ ਆ ਹੁਣ ਤਾਂ 20 ਦਿਨ ਹੋ ਗਏ 20 ਦਿਨ ਹੋਣ ਵਾਲੇ ਨੇ ਮਾੜਾ ਮੋਟਾ ਉਹਦਾ ਵੀ ਪਤਾ ਕਰ ਲਾ ਨਹੀਂ ਪਤਾ ਉਹਦਾ ਕੀ ਕਰਨਾ ਉੱਥੇ ਨਾ ਭੂਆ ਕੋਲੇ ਬੈਠਾ ਹੂ ਗਾਂ ਫੁੱਫੜ ਵੀ ਇਹੋ ਜਿਹਾ ਦੋਹੇ ਦਾਰੂ ਪੀ ਜਾਂਦੇ ਮੇਰੇ ਤਾਂ ਕੱਲ ਫੋਨ ਆ ਕੇ ਹਟਿਆ ਮੇਰੇ ਕੋਲੇ ਉੱਥੇ ਨਹੀਂ ਹੈਗਾ ਤਾਂ ਆ ਪੁੱਛਦੀ ਸੀਗੀ ਮੈਂ ਉਹ ਤਾਂ ਕੁੜੀ ਕੋਲੇ ਗਿਆਗਾ ਉਹ ਫਿਰ ਦੂਜੇ ਫੁੱਫੜ ਕੋਲੇ ਵਗਾਉ ਵੱਡੇ ਕੋਲੇ ਤੇ ਫੇਰ ਵੀ ਪਤਾ ਕਰ ਲਾ ਮਾੜਾ ਮੋਟਾ ਅਗਲਾ ਕਹਿ ਦੂਗਾ ਜਮੀਨ ਹੀ ਮਗਰ ਫੋਨ ਫਾਨ ਕਰ ਦੇਗੇ ਚਲ ਆਪੀ ਆ ਜੂ ਕੀ ਕਰਨਾ ਫੋਨ ਉਹਨੂੰ ਲੈ ਪੀ ਲੈ ਚਾਹ ਦੀ ਫੁੱਟ ਜਾ ਫਿਰ ਹਾਂ ਲਿਆ ਚਾਹ ਲਿਆ ਕੁੱਟ ਲੈ ਫੜ ਇੱਥੋਂ ਦੀ ਫੜ ਲਾ ਫਿਰ ਹੋਰ ਵੀ ਕੰਮ ਬਥੇਰੇ ਪਏ ਨੇ ਬਾਗ ਜਾ ਹੁਣ ਬੈਠੀ ਨਾ ਰਹੀ ਕਿਤੇ ਇੱਥੇ ਪੱਲੀ ਕਿੱਥੇ ਪਈ ਆ ਮੈਂ ਜਿੱਥੇ ਹੁੰਦੀ ਆ ਉੱਥੇ ਪਈ ਆ ਉਧਰ ਹੀ ਕੱਖਾ ਕੰਨੀ ਮਸ਼ੀਨ ਕੰਨੀ ਮੈਂ ਕੀ ਤੋਂ ਵੱਢ ਕੇ ਲਿਆਉਂਗਾ ਮੈਨੂੰ ਤਾਂ ਸਮਝ ਵੀ ਨਹੀਂ ਆਉਂਦੀ ਸੀਗੀ ਉਹ ਮੈਂ ਤੇਰੇ ਨਾਲ ਅੜ ਕੇ ਨਾ ਵਗ ਜਾ ਬੇ ਕਾਨੂੰ ਉਹਨੂੰ ਮਰੇ ਹੋਏ ਨੂੰ ਫਰੋਲਦਾ ਬੇ ਉਹਨਾਂ ਦੇ ਨਾ ਜਾਈ ਨਾਲੇ ਦੇਖ ਲੈ ਵਿਚਾਰੇ ਦੀ ਉਹਦੇ ਭਾਈਆਂ ਨੇ ਗਤੀ ਗੁਤੀ ਵੀ ਨਿਕਰਾਈ ਹੈਗੀ ਕਹਿੰਦੇ ਉਹ ਤਾਂ ਪ੍ਰੇਤ ਬਣਿਆ ਫਿਰਦਾ ਨਾ ਨਾ ਉਹਨਾਂ ਦੇ ਨਾ ਜਾਈ ਤੂੰ ਹੋਰ ਕਿਸੇ ਦੇ ਵਗ ਜਾ ਚਲ ਫਿਰ ਹੋਰ ਜੋ ਵੱਢ ਲਿਆਉਣਾ ਮੈਂ ਚਲ ਵੱਢ ਲਿਆ ਸਿਆਪਾ ਖਾਨਾ ਹੀ ਆ ਪਹਿਲਾਂ ਆਪ ਜਾਂਦੀ ਸੀ ਚੰਗੀ ਭਲੀ ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ ਦੱਸ ਚਲ ਜਾਨਾ ਚੰਗਾ ਚੰਗਾ ਵਗ ਜਾ ਬੇ ਕੱਖਾਂ ਨੂੰ ਤਾਂ ਮੈਂ ਗੇੜੇ ਨਹੀਂ ਆਉਣ ਦਿੰਦੀ ਸੀ ਜੇ ਨਾ ਮਰਦਾ ਆ ਦੇਖ ਲੈ ਇਹਦੇ ਭਾਈ ਆ ਜਿਉਂਦੇ ਜੀ ਤਾਂ ਉਹਦੇ ਬਾਰੇ ਕੁਛ ਨਹੀਂ ਸੋਚਿਆ ਆ ਉਹਦੇ ਮਰੇ ਜਾਣ ਤੋਂ ਬਾਅਦ ਤਾਂ ਉਹਦੀ ਗਤੀ ਕਰਾ ਦੇਣ ਦੇਖ ਲੈ ਮੈਨੂੰ ਤਾਂ ਚੰਦਰਾ ਕਿਤੇ ਸੁਪਨੇ 'ਚ ਵੀ ਨਹੀਂ ਦਿਸਿਆ ਹੈਗਾ ਅਤੇ ਲੋਕ ਕੀ ਕੀ ਅਫਵਾਹਾਂ ਫੈਲਾਉਂਦੇ ਨੇ ਆਪ ਤਾਂ ਦੁਨੀਆ ਤੋਂ ਤੁਰ ਗਿਆ ਮੈਨੂੰ ਸੁਣਨੀ ਛੱਡ ਗਿਆ ਕਦੀ ਤੈਨੂੰ ਚਿੰਬੜ ਜੂਗਾ ਮੱਚਿਆ ਹੋਇਆ ਬੰਦਾ ਵੀ ਕਿਤੇ ਚਿੰਬੜ ਦਾਂਦਾ ਜਾਊਂ ਤਾਂ ਤਰਨਾ ਅਟਕੀ ਜਾਊਂਗਾ ਨਾਲੇ ਇੱਕ ਗੱਲ ਹੈ ਮੈਂ ਤਾਂ ਬਥੇਰੀ ਸਿਵਿਆਂ 'ਚ ਬਹਿ ਕੇ ਦਾਰੂ ਪੀਤੀ ਆ ਮੈਨੂੰ ਤਾਂ ਕਦੇ ਚਿੰਬੜਿਆ ਨਹੀਂ ਚਰਨੇ ਆ ਨਾਲੇ ਇਹੋ ਜਿਹਾ ਬੰਦਾ ਓਹੋ ਇਹੋ ਜਿਹੇ ਬੰਦੇ ਦਾ ਧਰਮਰਾਜ ਨੇ ਕੜਾਹੇ 'ਚ ਬਾਲਤਾ ਹੋਊਗਾ ਇਹਨੂੰ ਕਹੂ ਚਿੰਬੜੂਗਾ ਇਹ ਜਾਊਗਾ ਤਾਂ ਚਰਨਾ ਤਰਨਾ ਅਟਕੀ ਜਾਊ ਗੱਲ ਸਮਝ ਨਹੀਂ ਆਉਂਦੀ ਤਰਨਾੜ ਸਿਆਂ ਕਿ ਸਾਲੇ ਲੋਕ ਭੱਸਦੇ ਕਾਹਤੋਂ ਨੇ ਤੇਥੋਂ ਤੈਨੂੰ ਦੇਖਿਆ ਨਹੀਂ ਅਤੇ ਲੰਡਾ ਲਾਇਆ ਨਹੀਂ ਨਾ ਮੇਰਾ ਸਾਲਾ ਕੋਈ ਦੱਸ ਕੇ ਜਾਵੇ ਵੀ ਘੱਟੋ ਘੱਟ ਗੱਲ ਕੀ ਆ ਮੇਰੇ ਤੋਂ ਕੋਈ ਮੁਸ਼ਕ ਆਉਂਦੀ ਆ ਹੈਂ ਮੈਂ ਕੀ ਸਾਲੋ ਕੋਈ ਵਿੱਚ ਹਗ ਰੱਖਿਆ ਵੀ ਮੇਰੇ ਤੋਂ ਐਂ ਭੱਸਦੇ ਹੋ ਤੁਸੀਂ ਇਹਨੂੰ ਪੁੱਛੀਏ ਯਾਰ ਵੀ ਚੱਕਰ ਕੀ ਹੈ ਉਹ ਕੋਈ ਤਾਂ ਖੜ੍ਹੇ ਕੋਚ ਵੀ ਨਹੀਂ ਖੜਿਆ ਲੈ ਚੂੰਡੀ ਦਾ ਯਾਰ ਤੀ ਨਾ ਜੋਗਿੰਦਰ ਖੜਿਆ ਗੱਲ ਕੀ ਆ ਸਾਲਾ ਇਹ ਸਮਝ ਤੋਂ ਬਾਹਰ ਹੋ ਰਹੀ ਆ ਕਿਹੜਾ ਹੋਵੇ ਕੰਜਰ ਦਾ ਤਾਂ ਚਰਨ ਹੈ ਇਹਨੂੰ ਪੁੱਛੂ ਮੇਰੇ ਸਾਲੇ ਦਿਨ ਪਹਿਲਾਂ ਜੱਫਾ ਮਾਰੂੰ ਇਹਨੂੰ ਫੜ ਕੇ ਪੁੱਛੂਗਾ ਵੀ ਗੱਲ ਕੀ ਹੈ ਸਾਰਾ ਪਿੰਡ ਡਰਦਾ ਕਿਉਂ ਹੈ ਮੇਥੋਂ ਐਡਾ ਤਾਂ ਬੈਲੀ ਮੈਂ ਹੈ ਨਹੀਂ ਪੱਲੀ ਹੈ ਗੱਛ 'ਚ ਪੱਕਾ ਕੱਖ ਲੈਣਾ ਹੋਊ ਅੱਖਾਂ 'ਚ ਲੁਕਦਾ ਮੇਰੇ ਸਾਰੇ ਲੋਕ ਕਹਿੰਦੇ ਭੂਤ ਬਣ ਗਿਆ ਡਰਦਾ ਮਾਰਾ ਕੋਈ ਖੇਤ ਹੀ ਨਹੀਂ ਵੜਦਾ ਜਿੰਨਾ ਮਰਜ਼ੀ ਹਰਾ ਵੱਢ ਕੇ ਲੈ ਜਾ ਆਹ ਕੀ ਹੋਏ ਮੇਰੇ ਸਾਲੇ ਨੇ ਸਾਰੀ ਬਾਜ਼ਾਰ ਚਾਰਤਾ ਚੱਲ ਆਪਾਂ ਨੂੰ ਕੀ ਹੈ ਆਪਣੇ ਜੋਗਾ ਤਾਂ ਵਾਧੂ ਆ ਵੱਟ ਲਾ ਖਰਾ ਚੱਲ ਰਿਹਾ ਭੂਤ ਬਣ ਗਿਆ ਉਹਦਾ ਧਰਮਰਾਜ ਨੇ ਕੜਾਹੇ 'ਚ ਤਲਤਾ ਹੂਸ ਮਾਰ ਕੇ ਮੇਰੇ ਸਮਝਦਾ ਇੱਕ ਇੱਕ ਪੀਸ ਹੀ ਆਇਆ ਹੋਊ ਉਹਨਾਂ ਨੂੰ ਉੱਥੇ ਕਿਹੜਾ ਕੱਦਾ ਹੁੰਦਾ ਖਾ ਗਿਆ ਉਹਨੇ ਉਹਦੀ ਹੱਡੀ ਹੱਡੀ ਬਣਿਆ ਭੂਤ ਬਣ ਗਿਆ ਨਾਲੇ ਹੋਰ ਬਣ ਗਿਆ ਆਹ ਕੀ ਹੋਏ ਭੂਤ ਜੀ ਦਾ ਖੁੰਡਾ ਤਾਂ ਉਰੀ ਰਹਿ ਗਿਆ ਮੇਰੇ ਸਾਲੇ ਵਾਲੇ ਹਰਾਮੀ ਨੇ ਇਹਦੇ ਭਾਈ ਡਰਦੇ ਮਾਰੇ ਨੇ ਉੱਥੋਂ ਚੱਕ ਕੇ ਇੱਥੇ ਰੱਖ ਦਊਗਾ ਚੱਲ ਕੋਈ ਗੱਲ ਨਹੀਂ ਉਹ 150 ਦਾ 200 ਦਾ ਇਹਨੂੰ ਨਾਲ ਹੀ ਲੈ ਕੇ ਚੱਲਾਂਗੇ ਪਹਿਲਾਂ ਕੱਖ ਵੱਢ ਲਈਏ ਖਿਆ ਚੰਗੀ ਬੱਕਰੀ ਬਣਾ ਤਾ ਡਾਕਾ ਮਾੜੀ ਹੋਈ ਅਮਲੀ ਨਾਲ ਚੰਗੀ ਬੱਕਰੀ ਬਣਾ ਤਾ ਡਾਕਾ ਮਾੜੀ ਹੋਈ ਅਮਲੀ ਨਾਲ ਆ ਜਾ ਆਜੂ
ਖਾ ਲੈ।